ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿਸਾਨ ਅੰਦੋਲਨ ਚੱਲ ਰਿਹਾ ਪਿਛਲੇ 3 ਮਹੀਨੇ ਤੋਂ, 1 ਮਹੀਨਾ 5 ਦਿਨ ਤੋਂ ਦਿੱਲੀ ਦੇ 4 ਸਵੇਰੇ ਕਿਸਾਨਾਂ ਨੇ ਦਿੱਲੀ ਨੂੰ ਘੇਰਿਆ ਹੋਇਆ ਪਹੁੰਚ ਚੁੱਕੇ ਸਨ। ਪਰ ਇੰਨਾ ਲੰਮਾ ਅਤੇ ਇੰਨਾ ਸ਼ਾਂਤਮਈ ਜਿਹੜਾ ਸੱਤਿਆਗ੍ਰਹਿ ਚੱਲਿਆ, ਇਸਦੇ ਬਾਵਜੂਦ ਵੀ ਭਾਰਤ ਸਰਕਾਰ ਨੇ ਕੋਈ ਇਸਦਾ ਹੱਲ ਕੱਢਣ ਦਾ ਯਤਨ ਨਹੀਂ ਕੀਤਾ, ਸਿਰਫ ਮੀਟਿੰਗਾਂ ਹੀ ਹੋ ਰਹੀਆਂ। ਮੈਂ ਸਿਰਫ ਜਿਹੜੀ ਸਾਡੀ ਜਥੇਬੰਦੀ ਕਿਸਾਨ ਬਚਾਓ ਮੋਰਚਾ ਕਰ ਰਹੀ ਹੈ ਮੈਂ ਸਿਰਫ ਉਹਨਾਂ ਦੀ ਜਾਣਕਾਰੀ ਦੇਣਾ ਚਾਹੁੰਦਾ। ਬਾਕੀ ਇਹ ਮੇਰੇ ਖੱਬੇ ਪਾਸੇ ਸਰਦਾਰ ਕਿਰਪਾ ਸਿੰਘ ਜਿਹੜੇ ਪ੍ਰਧਾਨ ਨੇ ਕਿਸਾਨ ਬਚਾਓ ਮੋਰਚਾ ਦੇ, ਇਹ ਭਾਈ ਲਖਵਿੰਦਰ ਸਿੰਘ ਨੇ, ਇਹ ਪੰਜਾਬ ਦੇ ਭਰਾ ਪ੍ਰਧਾਨ ਨੇ ਇੰਟਰਨੈਸ਼ਨਲ ਪੰਥਕ ਦਲ ਦੇ, ਜਿਹੜਾ ਇੰਟਰਨੈਸ਼ਨਲ ਪੰਥਕ ਦਲ ਹੈ ਇਹ ਪਹਿਲਾਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਸੀ ਜਿਹੜੀ 84 ਦੇ ਵਿੱਚ ਬਲਿਊ ਸਟਾਰ ਤੋਂ ਬਾਅਦ ਇਹ ਇੰਗਲੈਂਡ ਦੇ ਵਿੱਚ ਬਣਾਈ ਗਈ ਸੀ, ਜਿਹੜੀ ਕਿ 52 ਦੇਸ਼ਾਂ ਦੇ ਵਿੱਚ ਸਥਾਪਿਤ ਕੀਤੀ ਗਈ ਸੀ, ਜਿਹਨਾਂ ਵਿੱਚ ਇਟਲੀ, ਫਰਾਂਸ, ਅਮੈਰੀਕਾ, ਕੈਨੇਡਾ, ਇੰਗਲੈਂਡ ਇਹ ਵੱਡੇ ਦੇਸ਼ ਸੀ ਸਾਰੇ। ਫਿਰ ਇਹ ਕੁਛ ਸਮੇਂ ਬਾਅਦ ਇੰਗਲੈਂਡ ਦੇ ਵਿੱਚੋਂ ਅਤੇ ਭਾਰਤ ਵਿੱਚੋਂ ਇਹਨੂੰ ਬੈਨ ਕਰ ਦਿੱਤਾ ਗਿਆ ਸੀ। ਫਿਰ ਅਸੀਂ ਬਰਤਾਨੀਆ 'ਚ ਕੇਸ ਲੜਿਆ, ਕੇਸ ਜਿੱਤ ਗਏ, ਇਹ ਤੋਂ ਬੈਨ ਚੁੱਕ ਲਿਆ ਗਿਆ ਸੀ। ਪਰ ਇਸਦੇ ਬਾਵਜੂਦ ਬਹੁਤ ਸਾਰੇ ਸਾਡੇ ਜਿਹੜੇ ਹਾਈਕਮਾਂਡ ਦੇ ਵਰਕਰ ਸੀ ਉਹਨਾਂ ਨੂੰ ਏਅਰਪੋਰਟ 'ਤੇ ਜਾਂ ਪੰਜਾਬ ਆਉਣ 'ਤੇ ਤੰਗ ਕੀਤਾ ਜਾਂਦਾ ਸੀ, ਤਾਂ ਅਸੀਂ ਇਸਦਾ ਨਾਮ ਇੰਟਰਨੈਸ਼ਨਲ ਪੰਥਕ ਦਲ ਰੱਖ ਲਿਆ ਸੀ। ਉਦੋਂ ਤੋਂ ਜਥੇਬੰਦੀ ਕਾਫੀ ਵਰਕ ਕਰ ਰਹੀ ਹੈ। ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਵੀ ਜਦੋਂ ਅਸੀਂ ਸਰਦਾਰ ਕਿਰਪਾ ਸਿੰਘ ਨੂੰ ਇਹਦਾ ਕਿਸਾਨ ਬਚਾਓ ਮੋਰਚੇ ਦਾ ਪ੍ਰਧਾਨ ਬਣਾਇਆ, ਵੱਡੀ ਪੱਧਰ 'ਤੇ ਉਹਨਾਂ ਨੇ ਵਰਕ ਕੀਤਾ। ਜਿਹੜੀਆਂ 31 ਜਥੇਬੰਦੀਆਂ ਬਣਤਰ ਵਿੱਚ ਆਈਆਂ ਉਹਨਾਂ ਨੇ ਵੀ ਕਾਰਗੁਜ਼ਾਰੀ ਦੇ ਆਧਾਰ 'ਤੇ ਵੀ ਕਿਹੜੀ ਜਥੇਬੰਦੀ ਦੀ ਕਿੰਨੀ ਕਾਰਗੁਜ਼ਾਰੀ ਹੈ, ਕਿੰਨਾ ਕੁ ਪੰਜਾਬ 'ਚ ਆਧਾਰ ਹੈ, 3 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੇ, ਉਸ ਆਧਾਰ 'ਤੇ ਇਹਨਾਂ ਨੇ 31 ਜਥੇਬੰਦੀਆਂ ਦੀ ਚੋਣ ਕੀਤੀ ਸੀ। ਤਾਂ ਸਰਦਾਰ ਕਿਰਪਾ ਸਿੰਘ ਨੇ ਉਸ ਜਥੇਬੰਦੀ ਦਾ ਮੈਂਬਰ ਲਿਆ। ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਇਹ ਦੇਖਿਆ ਕਿ ਬਹੁਤ ਸਾਰਾ ਲਾਠੀਚਾਰਜ ਹੋਇਆ, ਹਰਿਆਣਾ ਸਰਕਾਰ ਵੱਲੋਂ ਅਥਰੂ ਗੈਸ ਛੱਡੀ ਗਈ, ਉਸ ਟੀਅਰ ਗੈਸ ਦਾ ਡੇਟ ਵੀ ਐਕਸਪਾਇਰ ਹੋਈ ਵੀ ਸੀ, ਜਿਹਦੇ ਕਾਰਨ ਬਹੁਤ ਸਾਰਾ ਜਿਸਮਾਨੀ ਤੌਰ 'ਤੇ ਨੌਜਵਾਨਾਂ ਦਾ, ਬਜ਼ੁਰਗਾਂ ਦਾ ਨੁਕਸਾਨ ਹੋਇਆ। ਹਾਲੇ ਤੱਕ ਵੀ ਉਹਨਾਂ ਦੇ ਸਰੀਰ ਦੇ ਵਿੱਚ ਇਹ ਇਫੈਕਟ ਹੈਗਾ ਜਿਹਦੇ ਨਾਲ ਕਈ ਮੌਤਾਂ ਵੀ ਹੋ ਰਹੀਆਂ, ਉਹਦਾ ਕਾਰਨ ਇਹੀ ਹੈ। ਤਾਂ ਅਸੀਂ ਤੁਰੰਤ ਹੀ ਉੱਥੇ ਆਪਣੀ ਜਥੇਬੰਦੀ ਵੱਲੋਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਮੈਡੀਕਲ ਕੈਂਪ ਲਾਇਆ। ਕੁਝ ਜਿਹੜੇ ਸੀ ਬੇਸਹਾਰਾ ਗਿਆ, ਜਜ਼ਬਾਤ ਦੇ ਵਿੱਚ ਚਲੇ ਗਏ ਬਹੁਤ ਸਾਰੇ ਬਜ਼ੁਰਗ ਵੀ, ਨੌਜਵਾਨ ਵੀ, ਪਰ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਸੀ। ਉੱਥੇ ਅਸੀਂ ਰਹਿਣ ਦਾ ਵੀ ਇੰਤਜ਼ਾਮ ਕੀਤਾ, ਨਾਲ ਲੰਗਰ ਦਾ ਵੀ ਕੀਤਾ, ਜਿਹੜਾ ਸੰਗਤਾਂ ਦੇ ਸਹਿਯੋਗ ਦੇ ਨਾਲ ਨਿਰੰਤਰ ਚੱਲ ਰਿਹਾ ਔਰ ਉਦੋਂ ਤੱਕ ਚੱਲੇਗਾ ਜਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਜਿਹੜੀ 31 ਜਥੇਬੰਦੀਆਂ ਦੀ ਗੌਰਮੈਂਟ ਨਾਲ ਗੱਲਬਾਤ ਹੁੰਦੀ ਹੈ, ਉਹਦੀ ਕੀ ਕਾਰਗੁਜ਼ਾਰੀ ਹੈ, ਉਹਦਾ ਕੀ ਨਿਬੇੜਾ ਹੋਵੇਗਾ, ਕਿਵੇਂ ਹੋਵੇਗਾ, ਇਹਦੇ ਬਾਰੇ ਸਰਦਾਰ ਕਿਰਪਾ ਸਿੰਘ ਦੱਸਣਗੇ। ਅਤੇ ਭਾਈ ਲਖਵਿੰਦਰ ਸਿੰਘ ਦੀ ਅਸੀਂ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਇੰਟਰਨੈਸ਼ਨਲ ਪੰਥਕ ਦਲ ਦੇ, ਇਹਨਾਂ ਦੀ ਅਸੀਂ ਡਿਊਟੀ ਲਾਈ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਵਰਕ ਕਰੋ ਅਤੇ ਸਾਰੀ ਜਾਣਕਾਰੀ ਦਿਓ ਪੰਜਾਬ ਦੀ ਜਨਤਾ ਨੂੰ, ਪੰਜਾਬ ਦੇ ਨੌਜਵਾਨਾਂ ਨੂੰ, ਮਜ਼ਦੂਰਾਂ ਨੂੰ ਕਿ ਸਾਡੇ ਨਾਲ ਕੀ ਵਾਪਰਨ ਵਾਲਾ ਜੇ ਸੰਘਰਸ਼ ਲੰਮਾ ਚੱਲਦਾ। ਜਿਵੇਂ ਹੁਣ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਫੈਸਲਾ ਲੈ ਲਿਆ ਕਿ ਅਸੀਂ 26 ਜਨਵਰੀ ਨੂੰ ਇੰਡੀਆ ਗੇਟ ਦੇ ਨੇੜੇ ਜਾਂ ਜਿੱਥੇ ਵੀ ਉਹ ਕਰਨਗੇ ਕਿ ਅਸੀਂ ਵੱਡੀ ਪੱਧਰ 'ਤੇ ਟਰੈਕਟਰ ਪਰੇਡ ਕਰਾਂਗੇ, ਉਹਦੇ ਲਈ ਅਵੇਅਰ ਕਰਨ ਵਾਸਤੇ ਸਾਰੀ ਸੰਗਤ ਨੂੰ, ਕਿਉਂਕਿ ਕਿਰਪਾ ਸਿੰਘ ਤਾਂ ਉੱਥੋਂ ਆ ਨਹੀਂ ਸਕਦੇ। ਅਤੇ ਭਾਈ ਲਖਵਿੰਦਰ ਸਿੰਘ ਇਹ ਸਾਰੇ ਪੰਜਾਬ ਦੇ ਵਿੱਚ ਮੀਟਿੰਗਾਂ ਕਰਕੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਜੋ ਪ੍ਰੋਗਰਾਮ ਲੀਕਿਆ ਗਿਆ ਉਹਦੀ ਜਾਣਕਾਰੀ ਦੇਣਗੇ। ਇਸ ਵਾਸਤੇ ਜਿਹੜੀ ਅਗਲੀ ਕਾਰਵਾਈ ਹੈ, ਕੀ ਹੋ ਸਕਦਾ ਹੈ, ਕਿਹੋ ਜਿਹੀਆਂ ਮੀਟਿੰਗਾਂ ਦੇ ਵਿੱਚ ਰਵੱਈਆ ਹੈ, ਉਹਦੇ ਤੋਂ ਕੀ ਅਨੁਭਵ ਕਰਦੀਆਂ ਨੇ ਜਥੇਬੰਦੀਆਂ, ਉਹਦੇ ਬਾਰੇ ਭਾਈ ਕਿਰਪਾ ਸਿੰਘ ਜੀ ਆਪ ਜੀ ਨੂੰ ਜਾਣਕਾਰੀ ਦੇਣਗੇ। ਮੈਂ ਸਿਰਫ ਜਥੇਬੰਦੀ ਦੀ ਜਾਣਕਾਰੀ ਦਿੱਤੀ ਆਪ ਜੀ ਨੂੰ, ਜਿਹੜੀ ਮੋਰਚੇ ਦੀ ਜਾਣਕਾਰੀ ਹੈ ਉਹ ਕਿਉਂਕਿ ਮੀਟਿੰਗਾਂ ਦੇ ਵਿੱਚ ਜਾਂਦੇ ਨੇ, ਮੀਟਿੰਗਾਂ 'ਚ ਜਾਂਦੇ ਨਹੀਂ, ਕੇਵਲ ਰੋਜ਼ਾਨਾ 31 ਜਥੇਬੰਦੀਆਂ ਦੇ ਆਗੂਆਂ ਦੀ ਰੋਜ਼ ਮੀਟਿੰਗ ਹੁੰਦੀ ਹੈ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ, ਕਿਹੋ ਜਿਹੀ ਰਣਨੀਤੀ ਅਪਣਾਉਣੀ ਚਾਹੀਦੀ ਹੈ। ਉਹ ਸਾਰੀ ਰੋਜ਼ ਦੀ ਰੋਜ਼ ਜੋ ਮੀਟਿੰਗ ਹੁੰਦੀ ਹੈ ਉਹਦੇ ਬਾਰੇ ਭਾਈ ਕਿਰਪਾ ਸਿੰਘ ਜੀ ਆਪ ਜੀ ਨੂੰ ਦੱਸਣਗੇ। ਮੈਂ ਇੰਨਾ ਹੀ ਕੁਝ ਕਹਿਣਾ ਚਾਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਜਥੇਬੰਦੀ ਬਾਰੇ ਸਿੰਘ ਸਾਹਿਬ ਨੇ ਦੱਸਿਆ। ਦਾਸ ਕਿਰਪਾ ਸਿੰਘ, IPD ਕਿਸਾਨ ਬਚਾਓ ਮੋਰਚਾ ਪੰਜਾਬ ਪ੍ਰਧਾਨ। ਇਹ
काफ़ी लंबे समय तो जिहड़ा अंदोलन पंजाब विच चलिया 3-4 महीने उस तो बाद जो जथेबंदियां ने फैसला किया कि हुण सानू पंजाब तो दिल्ली वाल कूच करना चाहिए तो अगे लग के सारिया जथेबंदियां ने इसकी अगवाई की और बड़ा वधिया तरीके नाल नौजवानों लैके जा रहे सी। पर हरियाणा सरकार ने जो वर्तारा अनमनुखी वर्तारा उत्थे कहर वर्ताया साडे ते उस तो बाद एक जिहड़ी होर गल सामने आ रही है कि जिहड़े उन्हां उत्थे अत्रू गैस सुट्टे साडे ते उन्हां दे वी एक्सपायरी सी ते साडा कितें ना कितें मनना हुण कि जिहड़े अज दी तरीक तक साडे 55 जिहड़े किसान शहादत दे चुके ने इस अंदोलन विच कितें ना कितें उस चीज़ का फैक्ट आ रहा कि जिहड़े जिन्हां नूं थोड़ा बड़ा हार्ट की प्रॉब्लम सी ਉਹ ਕਿਤਨਾ ਕਿਤੇ ਬਰਦਾਸ਼ਤ ਨਹੀਂ ਕਰ ਸਕੇ ਉਹ ਕੈਮੀਕਲ ਨੂੰ ਜਿਹੜਾ ਐਕਸਪਾਇਰੀ ਸੀ ਅਤੇ ਉਸ ਨਾਲ ਜਿਹੜੀ ਮੌਤ ਦੀ ਦਰ ਹੈ ਜੀ ਵੱਧ ਰਹੀ ਹੈ ਅਸੀਂ ਇਸ 'ਤੇ ਵੀ ਐਕਸ਼ਨ ਲਵਾਂਗੇ ਕੁਛ ਸਾਨੂੰ ਜਿਵੇਂ ਮੀਡੀਆ ਨੇ ਨੈਸ਼ਨਲ ਮੀਡੀਆ ਨੇ ਬਹੁਤ ਝੂਠ ਪ੍ਰਚਾਰ ਕੀਤਾ ਸਾਡੇ ਬਾਰੇ ਕਿ ਨਕਸਲਵਾਦੀ ਆ ਅੱਤਵਾਦੀ ਆ ਅਤੇ ਅਸੀਂ ਉਹਦਾ ਵੀ ਕਿਤੇ ਨਾ ਕਿਤੇ ਕੇਸ ਦਰਜ ਕਰਾਉਣ ਜਾ ਰਹੇ ਹਾਂ ਖਾਸ ਕਰਕੇ ਮੈਂ ਨਾਂ ਲੈਣਾ ਚਾਹੁੰਦਾ ਜੀ ਨਿਊਜ਼ 'ਤੇ ਅਤੇ ਕਾਫੀ ਇਹੋ ਜਿਹੀ ਸਰਕਾਰ ਇਸ ਵਕਤ ਅੰਦੋਲਨ ਨੂੰ ਫੇਲ ਕਰਨ ਲਈ ਹੱਥ ਕੰਡੇ ਅਪਣਾ ਰਹੀ ਹੈ ਕਿ ਜਿਹੜੇ ਲੋਕਤੰਤਰ ਵਿੱਚ ਇਹ ਬਹੁਤ ਹੀ ਨਜਾਇਜ਼ ਚੀਜ਼ ਆ ਜਿਵੇਂ ਆਪਣੇ ਕੁਛ ਸ਼ਰਾਰਤੀ ਅਨਸਰ ਭੇਜ ਕੇ ਨਰਾਸਤਾ ਪੈਦਾ ਕਰਨੀ ਜਾਂ ਭੜਕਾਓ ਕਾਰਵਾਈ ਪੈਦਾ ਕਰਨੀ ਕਿ ਕਿਤੇ ਨਾ ਕਿਤੇ ਅੰਦੋਲਨ ਨੂੰ ਫੇਲ ਕੀਤਾ ਜਾਵੇ ਪਰ ਜਥੇਬੰਦੀਆਂ ਇੱਕ ਇੱਕ ਪੁਆਇੰਟ 'ਤੇ ਜਿੱਥੇ ਸਰਕਾਰ ਨਾਲ ਲੜ ਰਹੀਆਂ ਨੇ ਉੱਥੇ ਹੀ ਰੋਜ਼ ਮੀਟਿੰਗ ਕਰਕੇ ਅੰਦੋਲਨ ਕਿਵੇਂ ਸ਼ਾਂਤਮਈ ਤਰੀਕੇ ਨਾਲ ਔਰ ਸਰਕਾਰ 'ਤੇ ਕਿਵੇਂ ਦਬਾਅ ਪਾਉਣਾ ਹੈ ਮੈਂ ਆਪ ਜੀ ਦੀ ਜਾਣਕਾਰੀ ਮਾਧਿਅਮ ਨੂੰ ਦੇਣਾ ਚਾਹੁੰਦਾ ਪੰਜਾਬ ਦੇ ਕਿਸਾਨਾਂ ਨੂੰ ਕਿ ਜਿਹੜੀਆਂ 30 ਜਥੇਬੰਦੀਆਂ 32 ਜਥੇਬੰਦੀਆਂ ਨੇ ਇਸ ਵਕਤ ਜਿੱਥੇ ਅੰਦੋਲਨ ਪੂਰੇ ਪੰਜਾਬ ਵਿੱਚ ਹਰਿਆਣੇ ਵਿੱਚ ਰਾਜਸਥਾਨ ਵਿੱਚ ਉੱਤਰਾਖੰਡ ਯੂਪੀ ਭੱਜ ਚੁੱਕਾ ਹੈ ਅਤੇ ਉਸ ਤੋਂ ਹੁਣ ਅਸੀਂ ਅਗਲਾ ਪਲਾਨ ਜਿਹੜਾ ਸਾਡਾ ਉਹ ਇੱਕ ਇਹ ਵੀ ਆ ਕਿ ਜਿਹੜਾ 80 ਜਥੇਬੰਦੀਆਂ ਦੇ ਆਗੂ ਸਾਹਿਬਾਨ ਸਾਡੇ ਉਹ ਡੇਲੀ ਕਿਸੇ ਨਾ ਕਿਸੇ ਹੋਰ ਸਟੇਟਾਂ ਜਿਵੇਂ ਮਹਾਰਾਸ਼ਟਰ ਭੋਪਾਲ ਵਾਲੇ ਏਰੀਏ 'ਚ ਜਿੱਥੇ ਹਾਲੇ ਤੱਕ ਅੰਦੋਲਨ ਨੂੰ ਇੰਨਾ ਕੁ ਉੱਥੇ ਚਲਾ ਤਾਂ ਰਹੇ ਨੇ ਕਿਸਾਨ ਪਰ ਉਹਨਾਂ ਕੋਲੋਂ ਤਜਰਬਾ ਲਾ ਲਓ ਜਾਂ ਹੁਣ ਉਹ ਅਜੇ ਨਰਸਰੀ ਕਲਾਸ ਵਿੱਚ ਨੇ ਇਸ ਅੰਦੋਲਨ ਲੈ ਕੇ ਅਤੇ ਅਸੀਂ ਉਹਨਾਂ ਨੂੰ ਅਵੇਅਰ ਕਰਕੇ ਜਾਂ ਜਿੱਥੇ ਸਾਡੀ ਲੋੜ ਆ ਅਸੀਂ ਉੱਥੇ ਆਪਣੀਆਂ ਟੀਮਾਂ ਡੇਲੀ ਭੇਜ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਸਰਕਾਰ ਦੇ ਕਾਲੇ ਕਾਨੂੰਨ ਆ ਇਹਦੇ ਲਈ ਅੰਦੋਲਨ ਵਿੱਚ ਜਾਗਰਤੀ ਫੈਲਾਈ ਜਾਵੇ ਅਤੇ ਜੇ ਹੁਣ ਪੰਜਾਬ ਦੀ ਗੱਲ ਕਰੀਏ ਜਿਹੜੇ ਅਸੀਂ ਪ੍ਰੋਗਰਾਮ ਦੇ ਰਹੇ ਹਾਂ 6 ਤਰੀਕ ਨੂੰ ਜਿਹੜਾ ਅਸੀਂ ਰਿੰਗ 4 ਤਰੀਕ ਦੀ ਮੀਟਿੰਗ ਤੋਂ ਬਾਅਦ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਖਾਸ ਕਰਕੇ ਜਿਹੜੀ 4 ਤਰੀਕ ਦੀ ਮੀਟਿੰਗ ਆ ਅਸੀਂ ਕੋਈ ਇੰਨੇ ਆਸਮੰਦ ਨਹੀਂ ਹੈਗੇ ਕਿ ਸਰਕਾਰ ਸਾਨੂੰ ਕੋਈ ਇੰਨੀ ਜਲਦੀ ਸਾਡੇ ਨਾਲ ਕੋਈ ਕਰੂਗੀ ਸਮਝੌਤਾ ਕਰੂਗੀ ਕਿਉਂਕਿ ਅਸੀਂ ਜਿੱਥੇ ਖੜ੍ਹੇ ਹਾਂ ਅਸੀਂ ਉੱਥੇ ਹੀ ਖੜ੍ਹੇ ਹਾਂ ਕਿ ਜਿੰਨਾ 'ਚ ਇੱਕ ਕਾਨੂੰਨ ਰੱਦ ਨਹੀਂ ਹੁੰਦੇ MSP ਦੀ ਸਾਨੂੰ ਕਾਨੂੰਨੀ ਗਰੰਟੀ ਨਹੀਂ ਮਿਲਦੀ ਅਸੀਂ ਉਹਨਾਂ 'ਚ ਇੱਕ ਪਿੱਛੇ ਹਟਣ ਵਾਲੇ ਨਹੀਂ ਹੈਗੇ ਪਰ ਸਰਕਾਰ ਕਿਤੇ ਨਾ ਕਿਤੇ ਟਾਲਮੋਲ ਕਰਕੇ ਮੀਟਿੰਗਾਂ ਵਿੱਚ ਕੁਛ ਹੋਰ ਕਰਕੇ ਔਰ ਬਾਹਰੀ ਬਿਆਨ ਮੀਡੀਆ ਵਿੱਚ ਕੁਛ ਹੋਰ ਦੇ ਕੇ ਕਿਤੇ ਨਾ ਕਿਤੇ ਸਾਨੂੰ ਇਹ ਨਿਰਾਸ਼ਾ ਦੇ ਰਹੇ ਨੇ ਪਰ ਅਸੀਂ ਇਹ ਬਿਲਕੁਲ ਇਹ ਇੱਕ ਇੰਚ ਵੀ ਇਸ ਚੀਜ਼ ਤੋਂ ਪਿੱਛੇ ਕੋਈ ਸਮਝੌਤਾ ਨਹੀਂ ਹੈਗਾ ਕਿ ਅਸੀਂ ਕਾਨੂੰਨ ਰੱਦ ਕਰਾਏ ਤੋਂ ਬਿਨਾਂ ਅਸੀਂ ਵਾਪਸ ਜਾਵਾਂਗੇ ਸਰਕਾਰ ਨੂੰ ਹੁਣ ਭਲੀ ਭਾਂਤ ਜਾਣਕਾਰੀ ਹੈ ਪਰ ਸਰਕਾਰ ਕਿਤੇ ਨਾ ਕਿਤੇ ਇਸ ਗੱਲ ਨੂੰ ਇਗਨੋਰ ਕਰ ਰਹੀ ਆ ਚਲੋ ਕੋਈ ਗੱਲ ਨਹੀਂ ਉਹ ਆਪਣਾ ਕੰਮ ਕਰਨਗੇ ਅਸੀਂ ਆਪਣਾ ਕੰਮ ਕਰਾਂਗੇ ਪਰ ਸ਼ਾਂਤੀਪੂਰਵਕ ਤਰੀਕੇ ਨਾਲ ਅਸੀਂ ਅੰਦੋਲਨ ਚਲਾਵਾਂਗੇ ਔਰ ਉਸ ਦੇ ਤਹਿਤ ਜਿਹੜਾ ਸਾਡਾ 26 ਜਨਵਰੀ ਵਾਲਾ ਪ੍ਰੋਗਰਾਮ ਆ ਕਿ ਜਿਸ ਦਿਨ ਪੂਰੀ ਦੁਨੀਆ ਇੱਧਰ ਧਿਆਨ ਰੱਖੂਗੀ 26 ਜਨਵਰੀ ਨੂੰ ਆਪਣਾ ਗਣਤੰਤਰ ਦਿਵਸ 'ਤੇ ਅਤੇ ਅਸੀਂ ਵੀ ਇਸ ਦੇਸ਼ ਦੇ ਨਾਗਰਿਕ ਹਾਂ ਔਰ ਅਸੀਂ ਵੀ ਚਾਹਵਾਂਗੇ ਜਿੱਥੇ ਉੱਥੇ ਆਮ ਭਾਰਤ ਦੇ ਲੋਕ ਉਸ ਮਾਰਚ ਵਿੱਚ ਜਾਂਦੇ ਨੇ ਅਤੇ ਅਸੀਂ ਵੀ ਉਸ ਟਰੈਕਟਰ ਮਾਰਚ ਲੈ ਕੇ ਉੱਥੇ ਜਾਵਾਂਗੇ ਕਿਉਂਕਿ ਉੱਥੇ ਵੱਖ ਵੱਖ ਝਲਕੀਆਂ ਨਿਕਲਦੀਆਂ ਨੇ ਪੂਰੇ ਭਾਰਤ ਦਾ ਕਲਚਰ ਦਿਖਾਇਆ ਜਾਂਦਾ ਔਰ ਸਾਡਾ ਜਿਹੜਾ ਖੇਤੀ ਕਲਚਰ ਆ ਉਹ ਪੂਰੇ ਭਾਰਤ ਵਿੱਚ 60-70% ਲੋਕ ਇਸ ਕਲਚਰ ਨਾਲ ਜੁੜੇ ਹੋਏ ਆ ਇਸ ਕਿੱਤੇ ਨਾਲ ਜੁੜੇ ਆ ਭਾਰਤ ਦਾ ਬਹੁਤ ਵੱਡਾ ਇੱਕ ਹਿੱਸਾ ਖੇਤੀ ਨਾਲ ਜੁੜਿਆ ਅਤੇ ਉਹ ਅਸੀਂ ਵੀ ਸਰਕਾਰ ਨੂੰ ਚਾਹਵਾਂਗੇ ਕਿ ਸਾਡਾ ਰਸਤਾ ਨਾ ਰੁਕਿਆ ਜਾਵੇ ਉਸ ਇਸ ਮਾਰਚ ਦਾ ਸਾਨੂੰ ਹਿੱਸਾ ਬਣਾਇਆ ਜਾਵੇ ਜਿਹੜਾ ਉੱਥੇ 26 ਜਨਵਰੀ ਨੂੰ ਕੱਢਿਆ ਜਾਣਾ ਸੋ ਉਸ 'ਤੇ ਅਸੀਂ ਇੱਕ ਪ੍ਰੋਗਰਾਮ ਆਪਣੇ ਜਥੇਬੰਦੀ ਵੱਲੋਂ ਇੰਟਰਨੈਟ ਪੰਥਕ ਦਲ ਵੱਲੋਂ ਕਿ ਅੱਜ ਜਲੰਧਰ ਵਿੱਚ ਹੀ ਮੀਟਿੰਗ ਕੀਤੀ ਹੈ ਸਾਰੇ ਜ਼ਿਲ੍ਹਾ ਪ੍ਰਧਾਨ ਸੱਦ ਕੇ ਕਿ ਉਸ ਪ੍ਰੋਗਰਾਮ ਨੂੰ 6 ਤਰੀਕ ਵਾਲੇ ਨੂੰ ਔਰ 26 ਤਰੀਕ ਵਾਲੇ ਨੂੰ ਕਾਮਯਾਬ ਕਰਨ ਲਈ ਆਪਣੇ ਜ਼ਿਲ੍ਹੇ ਲੈਵਲ 'ਤੇ ਅੱਗੋਂ ਆਪਣੇ ਬਲਾਕ ਲੈਵਲ 'ਤੇ ਅੱਗੋਂ ਆਪਣੀਆਂ ਇਕਾਈਆਂ ਵਿੱਚ ਉਸ ਨੂੰ ਵੱਧ ਤੋਂ ਵੱਧ ਹੁਣ ਜ਼ੋਰ ਦੇ ਕੇ ਪ੍ਰਚਾਰ ਹੋਵੇ ਕਿਉਂਕਿ ਉੱਥੇ ਬਹੁਤ ਸੰਗਤ ਜਾ ਰਹੀ ਆ ਅਤੇ ਅਸੀਂ ਉਸ ਪ੍ਰੋਗਰਾਮ ਨੂੰ ਲੈ ਕੇ ਖਾਸ ਕਰਕੇ ਅੱਜ ਮੀਟਿੰਗ ਕੀਤੀ ਆ ਉਸਦੇ ਸਾਰੇ ਬੋਡੀ ਨਾਲ ਕਿ ਉਸ ਨੂੰ ਆਪਾਂ ਜਲਦੀ ਤੋਂ ਜਲਦੀ ਇਸ ਨੂੰ ਥੱਲੇ ਲੈਵਲ 'ਤੇ ਗਰਾਊਂਡ ਲੈਵਲ 'ਤੇ ਲਿਜਾਇਆ ਜਾਵੇ ਮੀਡੀਆ ਰਾਹੀਂ ਲਿਜਾਇਆ ਜਾਵੇ ਕਿ
सारिया संयुक्त मोर्चे का जोड़ा है फैसला 26 जनवरी वाला और 4 तरीक वाला इस लागू किया जाए तो जिनी हो सकती संगत उ तो किसान भी पहुंचन। तो मैं धन्यवाद भी करना चाहूँगा खास करके पंजाब के जिन्ना भी मीडिया कि जिन्ना को मैं पहले दिन तो क्योंकि आप जी ने दसा कि पहले ही असं अगे से सब तो अपनी जथेबंदी तौर पर ज 30 जथेबंदियां जी सा ड्यूटी लाई सी जिमें असी मैप बनाया कि जथेबंदी कि जाऊगी अपना कट लैके सो वो असी उस हिसाब न ही चल रहे। तो मैं उही कहना चाहना भी असं इस वक्त जिते मीडिया धन्यवाद करने उत्थे जिहड़ा हुण अंदोलन का जिहड़ा पार्ट बने ने चाहे वह एडवोकेट हाई कोर्ट दे सी जां होर वी जिहड़ियां संस्थां टीचर इत्थों तक कि ईवन मैं कहना चाहूँगा जिहड़े सरकारी मुलाजम मैनूं लगदा कोई विभाग भी जिहड़ा उत्थे आ छुट्टियां गईआं बच्चों नूं उत्थे अपने बच्चों समेत अपने परिवार समेत उत्थे पहुंचिया जिहड़ा सानूं इक मैं किसान उत्थे 30 बच्चे जथेबंदियां दे आगू होण दे नाते जो सानूं इह संजोग तुहाडे वल्लों और ये आम जनता वालों जो शहरी लोग से और किसानी तो इलावा कोई होर बिजनेस करते उन्होंने जो संयोग सू मिले उन्हें सू बहुत बल मिले ये साढ़े एनर्जी भरी उन्होंने चीज़ा ने कि यह अंदोलन होने किसान तो लाभ जोड़ा क्योंकि सरकार कह रही थी भी ये कल किसान का कुछ भड़काए हुए लोगों का तो जदों हाईकोर्ट के वकील या सुप्रीम कोर्ट के जोड़े बार वाले एडवोकेट या रिटायर जोड़े अपने जज साहबान से हाईकोर्ट के IPS ऑफिसर से शायद असं भड़क गए गए पर इस वक्त ईवन हाईकोर्ट के जज IPS ऑफिसर वकील साहबान और पता नहीं किनिया पढ़िया लिखिया धार्मिक संस्था वाले जो आगू बहुत पढ़े लिखे होंगे ने ईवन सारे मन रहे इतों तक कि विदेशों में बैठे मैं बोलना जोड़ा साढ़े ना धक्का है वह मेन धक्का यह है कि जोड़ा साढ़े स्टेट का क्योंकि एग्रीकल्चर जोड़ा सबजैक्ट से स्टेट सबजैक्ट से और ये कानून तो क्योंकि आम लोग कानून तोड़ते होंगे पर सरकार उसनों ठल पाँदी है पहली बार होया कि सरकार ने कानून की उलंघना की कि जो सबजैक्ट से एग्रीकल्चर सबजैक्ट जो स्टेट सबजैक्ट से उस तो परे जाके एक धक्के कानून बना के और धक्के उस पास करा के साढ़े थोपया गया तो असी इसकी आलोचना तो कर ही रहे हैं और यह भी धन्यवाद करने कि जोड़े विदेशों में बैठे लोग साढ़े पंजाबी भरा देखो जिते अंदोलन दे मैं चाहता कि जे अंदोलन साथ बहरों ना हों शायद सरकार सानू इस तो भी ज़्यादा तसद्दद कर दें पर उन्होंने संयोग सदका क्योंकि साड़ी पिठ ते साड़े पंजाब दे सूझवान लोग सानू चिंता रखने वाले पंजाब दे लोग उत्थे बैठे और साडा जो बाहर ईवन उत्थे सारे देशों में UK इटली रोस प्रदर्शन किए और सरकार के उत्ते प्रैशर बनाया कितना कितने वह भी बड़ा साढ़े लिए लाहेवंद है। हूँ अंदोलन जो पंजाब निका जहा एक बी फुटिया से हूँ पूरा दरख्त बन चुका भारत में अपने कलकत्ते 1 लाख किसान ने अंदोलन किया बहुत सानू होया केरला के आप जी ने वेख्या कि खिलाफ एक मता पाया गया उत्थे एक MLA से जो BJP का उन्हें भी इस कानून के खिलाफ जाके वोट पाई है। सो ये अंदोलन हूँ लोग व्यापी अंदोलन बन चुका है और असी सोचते हैं कि हूँ जो सा जो आगू साहबान ने जिते प्रोग्राम दे रहे हैं तो कुछ शरारती आंसर जो सरकार वालों भेजे हुए इस अंदोलन भड़का रहे हैं लोगों से निराशा पैदा कर रहे पर उसके असी एक टीम बनाई है जी ट्राली तो ट्राली जा रहा के लोग किसानों बैठ के गलबात करते हैं उन्होंने सुचेत करते पर यह बड़ी खुशी की गल है कि जिन्हें भी पिछों तक किलोमीटर तक बैठे हुए किसान वो समझ रहे हैं कि ये जो लोग आते हैं ये भड़काऊ कार्रवाई वाले ये क्योंकि जोड़ा ये जंग असी बैठ के लड़ रहे हैं बैठे नहीं जंग लड़ रहे हैं और कितना कितने सरकार अंदोलन के अगे लोगों के अगे झुक दिया और असं झुका के वापस जावे। धन्यवाद। दोबारा पूछ लो ना दोबारा तो करना है तुम ठीक है जी।
ਸਰ ਸੁਪਰੀਮ ਕੋਰਟ ਬਾਰੇ ਦੱਸੋ ਜਿਹੜਾ ਹੁਣ ਆਪਾਂ ਜਿਹੜੇ ਹੁਣ ਆਪਾਂ ਨੂੰ ਨੋਟਿਸ ਆ ਗਏ ਆ ਤੇ ਜਿਹੜੇ ਆਪਾਂ ਕੇਸ ਕਰਨੇ ਆ ਵੇਖੋ ਜੀ ਸੁਪਰੀਮ ਕੋਰਟ ਅਸੀਂ ਨਾ ਤਾਂ ਜਾਣ ਦਾ ਇਰਾਦਾ ਸਾਡਾ ਪਹਿਲਾਂ ਸੀ ਨਾ ਇਹ ਅੱਜ ਆ ਸੁਪਰੀਮ ਕੋਰਟ ਦਾ ਇਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਤਾਂ ਸਾਡੇ ਨਾਲ ਹਾਲੇ ਕੋਈ ਨਹੀਂ ਸਾਡੀ ਜਿਹੜੀ ਟੱਕਰ ਹੈ ਸੋ ਸਰਕਾਰ ਨੇ ਕਿਉਂਕਿ ਸਾਡੇ ਨਾਲ ਧੱਕੇ ਨਾਲ ਜਿਹੜੇ ਰਾਜਨੀਤਿਕ ਲੋਕਾਂ ਨੇ ਸਾਡੇ ਧੱਕਾ ਦਿੱਤਾ ਸਾਡੇ ਆ ਸੋ ਤਾਂ ਗੱਲਬਾਤ ਸਰਕਾਰ ਨਾਲ ਹੈ ਸੁਪਰੀਮ ਕੋਰਟ 'ਚ ਉਹਨਾਂ ਇੱਕ ਸਟੂਡੈਂਟ ਵੱਲੋਂ ਜਿਹੜੀ ਪਾਈ ਗਈ ਸੀ ਉਹਦੇ ਜਵਾਬ ਵਿੱਚ ਸਰਕਾਰ ਸੁਪਰੀਮ ਕੋਰਟ ਨੇ ਸਾਨੂੰ 30 ਜਥੇਬੰਦੀਆਂ ਨੂੰ ਨੋਟਿਸ ਭੇਜੇ ਆ ਅਸੀਂ ਜਾਵਾਂਗੇ ਆਪਣਾ ਉੱਥੇ ਅਸੀਂ ਬੇਨਤੀ ਕਰਾਂਗੇ ਸੁਪਰੀਮ ਕੋਰਟ ਨੂੰ ਕਿ ਸਾਨੂੰ ਇਹਦੇ ਵਿੱਚ ਬਾਹਰ ਰੱਖਿਆ ਜਾਵੇ ਕਿਉਂਕਿ ਸਾਡਾ ਕੋਈ ਇਸ ਵਕਤ ਸੁਪਰੀਮ ਕੋਰਟ ਜਾਣ ਦਾ ਇਰਾਦਾ ਨਹੀਂ ਸਾਡੀ ਸਰਕਾਰ ਨੇ ਜਿਹੜਾ ਧੱਕਾ ਕੀਤਾ ਅਸੀਂ ਉਹਦੇ ਖਿਲਾਫ਼ ਸਰਕਾਰ ਦੇ ਖਿਲਾਫ਼ ਅੰਦੋਲਨ ਚਲਾ ਰਹੇ ਹਾਂ ਸਰਕਾਰ ਜੇ ਜਾਂਦੀ ਆ ਸੁਪਰੀਮ ਕੋਰਟ ਜੋ ਸੁਪਰੀਮ ਕੋਰਟ ਦੇਖਦੇ ਹਾਂ ਕੀ ਕਰਦੀ ਹਾਲੇ ਸਾਡਾ ਸੁਪਰੀਮ ਕੋਰਟ ਨਾਲ ਕੋਈ ਐਸਾ ਤਾਂ ਇਰਾਦਾ ਨਹੀਂ ਉੱਥੇ ਜਾਣ ਦਾ ਆਪਣਾ ਟੀਚਾ ਹੈਗਾ ਵੀ ਆਪਾਂ ਉੱਥੇ ਪਹੁੰਚਣਾ ਹੈ ਤੇ ਇਹ ਮਤਲਬ ਕਹਿਣਾ ਗਲਤ ਹੈ ਨੀ ਕਿ ਉਹਨਾਂ ਨੇ ਸਿਕਿਉਰਿਟੀ ਪੂਰੀ ਹੋਣੀ ਹੈ ਨਹੀਂ ਉਹ ਅਸੀਂ ਤਿਆਰ ਹੈ ਟਕਰਾਅ ਲਈ ਜੇ ਸਰਕਾਰ ਟਕਰਾਅ ਪੈਦਾ ਕਰਦੀ ਆ ਤੇ ਅਸੀਂ ਤਾਂ ਜਾਵਾਂਗੇ ਜਿਵੇਂ ਅੱਗੇ ਹੋਇਆ ਸਾਡੇ ਨਾਲ ਜਿੱਥੇ ਸਾਨੂੰ ਰੋਕਣਗੇ ਉੱਥੇ ਦੇਖਾਂਗੇ ਕਿਉਂਕਿ ਜਿਹੜਾ ਇਹ ਇੱਕ ਜੰਗ ਹੈ ਜੰਗ ਦੇ ਵਿੱਚ ਜਿਹੜੀ ਰਾਜ ਪਲੈਨ ਹੁੰਦਾ ਉਹ ਐਨ ਔਨ ਦੀ ਸਪੋਰਟ ਹੀ ਬਣ ਜਾਂਦਾ ਜਿਵੇਂ ਅਸੀਂ ਕੁੰਡਲੀ ਗਿਆ ਸੀ ਦਿੱਲੀ ਜਾਣਾ ਸੀ ਅਤੇ ਕੁੰਡਲੀ 'ਤੇ ਜਾ ਕੇ ਸਾਨੂੰ ਰੋਕਿਆ ਉਹਨਾਂ ਪਰ ਔਨ ਦੀ ਸਪੋਰਟ ਸਾਨੂੰ ਇੱਕਦਮ ਲੱਗਾ ਕਿ ਹੁਣ ਸਾਨੂੰ ਇੱਥੇ ਬੈਠਣਾ ਚਾਹੀਦਾ ਔਰ ਉੱਥੇ ਅਸੀਂ ਮੀਟਿੰਗ ਕਰਕੇ ਕੁਛ ਕਿਸਾਨ ਆਗੂ ਜਿਹੜੇ ਬੈਠੇ ਸੀ ਉੱਥੇ ਅਤੇ ਜਿਹੜੇ ਹੋਰ ਕਿਸਾਨ ਹੋਰ ਲੋਕ ਸੀ ਕਿਸਾਨ ਸੀ ਉੱਥੇ ਮੀਟਿੰਗ ਕਰਕੇ ਅਸੀਂ ਉੱਥੇ ਫੈਸਲਾ ਕਰ ਲਿਆ ਕਿ ਆਪਾਂ ਸਿੰਘੂ ਬੋਰਡਰ 'ਤੇ ਬੈਠ ਜਾਣਾ ਅਤੇ ਇਵਨ ਜਿਵੇਂ ਜੇ ਅਸੀਂ ਜਿਹੜਾ 26 ਨੂੰ ਮਾਰਚ ਲੈ ਕੇ ਜਾਣਾ ਤੇ ਕੋਈ ਨਹੀਂ ਜੇ ਟਕਰਾਅ ਸਰਕਾਰ ਚਾਹੁੰਦੀ ਹੈ ਸਾਡੇ ਨਾਲ ਟਕਰਾਅ ਤੇ ਅਸੀਂ ਟਕਰਾਅ ਲਈ ਤਿਆਰ ਹਾਂ ਪਰ ਸੁਪਰੀਮ ਕੋਰਟ ਵਿੱਚ ਵੀ ਪਈ ਆ ਵੀ ਤੁਸੀਂ ਰੋਕਿਆ ਕਿਸਾਨਾਂ ਨੂੰ ਆਉਣ ਤੋਂ ਤੇ ਜੇ ਉੱਥੇ ਕਿਤੇ ਕੋਈ ਇਹੋ ਜਿਹੇ ਹਾਲਾਤ ਬਣਦੇ ਆ ਤੇ ਉਹ ਸਰਕਾਰ ਸੋਚੂਗੀ ਅਸੀਂ ਤਾਂ ਚਾਹੁੰਦੇ ਕਿ ਸਾਡਾ ਰੋਸ ਮਾਰਚ ਸ਼ਾਂਤੀਪੂਰਵਕ ਹੋਊਗਾ 26 ਜਨਵਰੀ ਤੇ ਤੇ ਅਸੀਂ ਵੀ ਉਸ ਲੋਕਤੰਤਰ ਦਾ ਹਿੱਸਾ ਜਿਹੜੇ ਲੋਕਤੰਤਰ ਉੱਥੇ 26 ਜਨਵਰੀ ਮਨਾ ਰਿਹਾ ਹੈ ਅਤੇ ਉਸੇ ਕਾਨੂੰਨ ਦੇ ਤਹਿਤ ਸਾਨੂੰ ਅਧਿਕਾਰ ਹੈ ਅਸੀਂ ਉਸ ਮਾਰਚ ਵਿੱਚ ਸਮੂਲੀਅਤ ਕਰੀਏ ਔਰ ਜੇ ਕਰਨ ਦੇਣਗੇ ਠੀਕ ਹੈ ਨਹੀਂ ਕਰਨ ਦੇਣਗੇ ਤਾਂ ਫਿਰ ਉਹ ਦੋ ਉੱਥੇ ਫੈਸਲਾ ਆਉਣ ਦੀ ਸਪੋਰਟ ਕਿਸਾਨਾਂ ਵਾਲਾ ਜਾਂ ਕਿਸਾਨ ਜਥੇਬੰਦੀ ਹੁੰਦਾ ਉਹ ਸਭ 'ਤੇ ਲਾਗੂ ਹੋਊਗਾ ਜੀ ਤੁਸੀਂ ਪਹਿਲਾਂ ਹੀ ਦੇਖਿਆ ਕਿ ਕਿਸਾਨ ਜਥੇਬੰਦੀਆਂ ਉੱਥੇ ਸ਼ਾਂਤਮਈ ਗਏ ਆ ਭਾਵੇਂ ਲਾਠੀਚਾਰਜ ਹੋਇਆ ਥਰੂ ਗੈਸ ਚੱਲੇ ਇਹਦੇ ਬਾਵਜੂਦ ਕਿਸਾਨਾਂ ਦੇ ਵਿੱਚ ਨੌਜਵਾਨਾਂ ਨੇ ਸਮੁੱਚੇ ਕਿਸਾਨਾਂ ਨੇ ਸਮੁੱਚੀ ਸੰਗਤ ਨੇ ਨਾ ਕਿਸੇ ਪ੍ਰਾਪਰਟੀ ਦਾ ਨੁਕਸਾਨ ਕੀਤਾ ਨਾ ਕਿਸੇ ਦੇ ਪੱਥਰ ਮਾਰਿਆ ਨਾ ਕਿਸੇ ਨੂੰ ਕੁੱਟਿਆ ਮਾਰਿਆ ਉਹ ਸ਼ਾਂਤਮਈ ਆਪਣੇ ਤੋਂ ਤਸ਼ੱਦਦ ਝੱਲ ਕੇ ਚੱਲਦੇ ਰਹੇ ਇਹ ਤਾਂ ਇੱਕ ਰਿਕਾਰਡ ਪੈਦਾ ਕਰ ਦਿੱਤਾ ਵੀ ਤਸ਼ੱਦਦ ਕੌਣ ਕਰ ਰਿਹਾ ਸ਼ਾਂਤਮਈ ਤਾਂ ਸ਼ਾਂਤਮਈ ਆ ਜੇ ਗਵਰਨਮੈਂਟ ਤਸ਼ੱਦਦ ਕਰਦੀ ਤਾਂ ਉਹਦੀ ਮਰਜ਼ੀ ਉਹ ਕਿਹਦੇ 'ਤੇ ਕਰ ਰਹੀ ਹੈ ਇਹ ਹਿੰਦੁਸਤਾਨ ਦੀ ਪਬਲਿਕ ਹੈ ਜਾਂ ਕਿ ਕਿਸੇ ਦੁਸ਼ਮਣ ਦੇਸ਼ ਦੀ ਹੈ ਇਹਨਾਂ ਸਾਫ਼ ਕਰਨਾ ਔਰ ਲਾਸਟ ਵਿੱਚ ਮੈਂ ਪੂਰੇ ਜਿੰਨੇ ਵੀ ਕਿਸਾਨ ਉੱਥੇ ਪਹੁੰਚ ਰਹੇ ਨੇ ਜਿੰਨੇ ਵੀ ਉੱਥੇ ਬੈਠੇ ਹੋਏ ਨੇ ਮੇਰੇ ਕਿਸਾਨ ਵੀਰ ਈਵਨ ਇੱਕ ਮੈਂ ਸਭ ਨੂੰ ਇੱਕ ਅਪੀਲ ਹੈ ਸਮੂਹ ਜਥੇਬੰਦੀਆਂ ਵੱਲੋਂ ਜਿਹੜੀ ਸਾਡੀ ਸੰਯੁਕਤ ਮੋਰਚੇ ਤੋਂ ਅਪੀਲ ਆ ਕਿ ਦੇਖੋ ਜਿੰਨਾ ਵੀ ਆਪਾਂ ਨੂੰ ਸਮਾਨ ਪਿੱਛੋਂ ਆ ਰਿਹਾ ਕੰਬਲ ਆ ਰਹੇ ਨੇ ਲੰਗਰ ਦੇ ਸਮਾਨ ਆ ਰਹੇ ਮੈਡੀਕਲ ਜਿਹੜੇ ਸਾਡੇ ਚਾਹੇ ਵਿਦੇਸ਼ਾਂ 'ਚ ਬੈਠੇ ਨੇ ਸਾਡੇ ਭਰਾ ਜਾਂ ਪੰਜਾਬ ਵਿੱਚ ਬੈਠੇ ਨੇ ਉਹ ਇਹ ਸੋਚ ਕੇ ਭੇਜ ਰਿਹਾ ਕਿ ਸਾਡੇ ਉੱਤੇ ਕਿਸਾਨ ਉਹਨਾਂ ਨੂੰ ਕੰਬਲਾਂ ਦੀ ਲੋੜ ਹੈ ਅਤੇ ਉਹਦਾ ਇੱਕ ਪ੍ਰਤੀਕ ਇਹ ਕਿ ਸ਼ਾਂਤੀਪੂਰਵਕ ਆਪਾਂ ਬੈਠਣਾ ਕਿਸੇ ਨੇ ਅੱਜ ਤੱਕ ਨਾ ਕਿਸੇ ਨੇ ਡਾਕ ਭੇਜੀ ਸਾਨੂੰ ਨਾ ਸੋਟਾ ਭੇਜਿਆ ਨਾ ਗੋਲੀ ਨਾ ਬੰਦੂਕ ਆ ਈਵਨ ਇਹੀ ਆ ਕਿ ਸ਼ਾਂਤੀ ਵਾਲੀਆਂ ਚੀਜ਼ਾਂ ਕੰਬਲ ਪਹੁੰਚ ਰਿਹਾ ਪਿੰਨੀਆਂ ਪਹੁੰਚ ਰਹੀਆਂ ਵੀ ਤੁਸੀਂ ਉੱਥੇ ਬੈਠ ਕੇ ਆਰਾਮ ਨਾਲ ਅਤੇ ਮੇਰੀ ਇਹੋ ਅਪੀਲ ਆ ਸਾਰੇ ਪੰਜਾਬ ਦੇ ਔਰ ਹਰਿਆਣੇ ਦੇ ਈਵਨ ਜਿੰਨੇ ਸਟੇਟਾਂ ਤੋਂ ਉੱਥੇ ਬੈਠੇ ਨੇ ਕਿ ਆਪਾਂ ਕਿਸੇ ਸ਼ਰਾਰਤੀ ਅਨਸਰ ਜੇ ਗਵਾਣ ਕੇ ਕਹਿੰਦਾ ਵੀ ਆਪਾਂ ਚਲੋ ਆਪਾਂ ਸਿੰਘੂ ਬਾਰਡਰ ਤੋਂ ਉੱਠ ਗਏ ਜਾਂ ਟਿਕਰੀ ਦੇ ਅੱਗੇ ਵਧ ਗਏ ਜਾਂ ਕਿਤੇ ਹੋਰ ਜੈਪੁਰ ਜਾਂ ਗਾਜ਼ੀਆਬਾਦ
ਉਹ ਕਿਤੇ ਨਾ ਕਿਤੇ ਅੰਦੋਲਨ ਨੂੰ ਖਰਾਬ ਕਰਨ ਦੀ ਮੰਸ਼ਾ ਨਾਲ ਇਹ ਲੋਕ ਬੋਲ ਰਹੇ ਨੇ, ਉਹ ਚਾਹੇ ਸਰਕਾਰ ਦੇ ਭੇਜੇ ਨੇ, ਉਹ ਖਾ ਪਤਾ ਹੀ ਹੈ ਸਰਕਾਰ ਬਹੁਤ ਹੱਥ ਕੰਨੇ ਬਣਾ ਰਹੀ ਆ। ਸੋ ਮੇਰੀ ਅਪੀਲ ਆਏਗੀ ਕਿ ਸਮੂਹ ਜਥੇਬੰਦੀ ਨੂੰ ਇੱਕ ਸਾਡਾ ਇਹ ਪ੍ਰੋਗਰਾਮ ਕਿ ਕਿਰਪਾ ਕਰਕੇ ਇਹੋ ਜਿਹੇ ਲੋਕਾਂ ਦੀਆਂ ਵੀਡੀਓ ਬਣਾਈਆਂ ਜਾਣ, ਇਹੋ ਜਿਹੇ ਲੋਕ ਜਿਹੜੇ ਆਣ ਕੇ ਭੜਕਾਉਂਦੇ ਨੇ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਾਣ। ਔਰ ਜਿਹੜੇ ਸਾਡੇ ਉੱਥੇ ਇੱਕ KFC ਦੇ ਸਾਹਮਣੇ ਸਿੰਘੂ ਵਾਲੇ ਪਾਸੇ ਅਸੀਂ ਆਫਿਸ ਬਣਾਇਆ ਹੈ ਸੰਯੁਕਤ ਮੋਰਚੇ ਵੱਲੋਂ, ਇੱਕ ਜਿੱਥੋਂ ਸ਼ੁਰੂ ਹੁੰਦਾ ਰਿੰਗ ਰੋਡ ਦੇ ਉੱਥੇ ਆਫਿਸ ਹੈ। ਕਿਰਪਾ ਕਰਕੇ ਇਹਨਾਂ ਲੋਕਾਂ ਤੋਂ ਬਚਿਆ ਜਾਵੇ, ਕਿਉਂਕਿ ਸਰਕਾਰ ਅਸਲ ਅਤੇ ਇਸ ਅੰਦੋਲਨ ਨੂੰ ਕਿਤੇ ਨਾ ਕਿਤੇ ਭੜਕਾਉਣਾ ਚਾਹੁੰਦੀ ਆ। ਰੋਜ਼ ਨਿੱਤ ਨਵੇਂ ਸ਼ਰਾਰਤੀ ਅਨਸਰ ਨਵੀਆਂ ਗੱਲਾਂ ਇਹੋ ਜਿਹੀਆਂ ਆਉਂਦੀਆਂ ਨੇ। ਸੋ ਆਪਾਂ ਜਿਵੇਂ ਆਪਾਂ ਨੂੰ ਪਿੱਛੋਂ ਸਮਾਨ ਜਾ ਰਿਹਾ ਉਸੇ ਤਰ੍ਹਾਂ ਆਪਾਂ ਸ਼ਾਂਤੀ ਨਾਲ ਬੈਠੇ ਰਹੀਏ ਤਾਂ ਬੜੀ ਵਧੀਆ ਗੱਲ ਹੈ। ਔਰ ਮੈਂ ਅਪੀਲ ਕਰੂੰਗਾ ਤੁਸੀਂ ਸਾਨੂੰ ਅਸ਼ਾਂਤੀ ਦਿਓ ਜਿਹੜੇ ਜਾ ਰਹੇ ਹੋ, ਅਤੇ ਅਸੀਂ ਤੁਹਾਨੂੰ ਜਿੱਤ ਪ੍ਰਾਪਤ ਕਰਕੇ ਦਿਆਂਗੇ। ਧੰਨਵਾਦ ਜੀ।